अगले बंदे भेज सकते हैं साढ़े घर, तो कुछ भी कर सकते हैं। सानू बहुत ज्यादा खतरा है। उन्होंने सानू किया है कि तुसी टेंशन ना लो, जो बनती कार्रवाई असं कर रहे हैं। हाँ जी हाँ जी, की गई है। तो उन्होंने कहा तुहाडी सेफ्टी साढ़े हाथ में जी जी सारे का है। हाँ जी है, लखे का भी है ना, क्योंकि बंदे उन्होंने नहीं भेजे थे, बंदे खुद कह रहे हैं लखे करके आए हैं। सो थैंक यू। वो थोड़ा जी परचा कटिया गया उन्होंने का, तो बाकी कार्रवाई चल रही है जी। उन्होंने प्रोसैस क्या कार्रवाई है, किन्ने किन्ने से मामला दर्ज किया गया? ਇਹ ਭਾਅ ਜੀ ਮੈਂ ਐਫ ਆਈ ਆਰ ਵੇਖੀ, ਹੁਣ ਵੇਖੂੰਗਾ ਫਿਰ ਪਤਾ ਲੱਗੂਗਾ ਜੀ। ਤਿੰਨ ਤੇ ਪੰਜ ਚਾਰ ਜਣੇ ਦੇ, ਬਾਕੀਆਂ ਨੂੰ ਪਛਾਤੇ ਬੰਦੇ ਆ। ਹਾਂਜੀ ਹਾਂਜੀ ਹੈਗਾ ਉਹਨਾਂ ਤੇ। ਤੁਹਾਨੂੰ ਕੀ ਲੱਗ ਰਿਹਾ ਕਿ ਜਿੱਦਾਂ ਕਿ ਉਹ ਦੱਸਣ ਵੀ ਦੇ ਨੇ, ਇੱਕ ਵੀਡੀਓ ਵਾਇਰਲ ਹੋਈ ਉਹਨਾਂ ਦੀ? ਭਾਅ ਜੀ ਇਹ ਤੇ ਹੁਣ ਪੁਲਿਸ ਜਾਂਚ 'ਚ ਪਤਾ ਲੱਗੂਗਾ ਨਾ ਜੀ, ਕਿਉਂਕਿ ਸ਼ਰਿਆਮ ਥ੍ਰੈਟ ਕੀਤਾ ਉਹਨੇ ਮੈਨੂੰ, ਸ਼ਰਿਆਮ ਧਮਕੀਆਂ ਲਾਈਆਂ ਵਾ, ਸ਼ਰਿਆਮ ਬੰਦੇ ਭੇਜ ਕੇ ਘਰੇ ਧਮਕੀਆਂ ਲੱਗੀਆਂ। ਸੋ ਉਹ ਤੇ ਪੁਲਿਸ ਵੈਰੀਫਿਕੇਸ਼ਨ 'ਚ ਸਾਰਾ ਕੁਝ ਕਲੀਅਰ ਹੀ ਹੋਏ ਨਾ, ਜਦੋਂ ਕਾਲ ਡਿਟੇਲਸ ਖੰਗਾਲੀਆਂ ਪੁਲਿਸ ਨੇ, ਸਭ ਕੁਝ ਵਿੱਚ ਹੀ ਆ ਜਾਣਾ। ਇੱਕ ਸਰ ਵਿਤਨ ਮੇਰੇ ਤੁਹਾਨੂੰ ਕੋਈ ਖਤਰਾ ਲੱਗ ਰਿਹਾ ਉਹਨਾਂ ਤੇ? ਖਤਰਾ ਹੀ ਹੈ ਜੀ ਪੂਰਾ ਸਾਨੂੰ, ਤੇ ਕੋਈ ਵੀ ਹੁਣ ਸਿੱਧੀਆਂ ਤੇ ਗੋਲੀਆਂ ਮਾਰੀਆਂ ਭਾਈ, ਇਹ ਤੋਂ ਵੱਡਾ ਖਤਰਾ ਹੋਊਗਾ। ਕੱਲ ਨੂੰ ਸਾਡੇ ਨਾਲ ਕੋਈ ਵੀ ਐਪਨ ਹੁੰਦਾ, ਉਹਦਾ ਜ਼ਿੰਮੇਵਾਰ ਲੱਖਾਂ ਤੋਂ ਦਾਣਾ ਹੋਊਗਾ ਜੀ। ਚਾਰਜ ਕਰ ਦਿੱਤੀ ਆ, ਲੱਖਾਂ ਹਜ਼ਾਣਾ, ਤੇ ਹੋਰ ਦੋ ਬੰਦੇ ਬਾਈ ਨੇ ਇਹਦੇ ਤੇ। ਸਰ ਪੰਜ ਬੰਦਿਆਂ ਦਾ ਬਾਈ ਨੇ ਨਾਲ ਕਿਹਾ? ਹਾਂਜੀ ਚਾਰ ਬੰਦੇ ਬਾਈ ਨੇ। ਅੱਛਾ ਜੀ, ਤੇ ਸਰ ਦੋ ਦਿਨ ਬੰਦਾ ਕੀ ਮੈਨੂੰ ਕੋਈ ਖਤਰਾ ਇਸ ਤਰ੍ਹਾਂ ਦੀ ਜਾਨੋਂ ਮਾਰ ਸਕਦੀ ਕੀ ਸਰ ਤੁਹਾਡੇ ਲਈ ਸੇਫਟੀ? ਨਹੀਂ ਸੇਫਟੀ ਅਸੀਂ ਉੱਥੇ ਨਾਲ ਆਪਣੀ ਇੱਥੇ ਜੀ ਲਾਤੀ ਹੈ, ਇਹ ਜਗ੍ਹਾ ਲਾਤੀ ਉੱਥੇ ਪੀਸਰੇ ਨਾਲ ਲਾਤਾ, ਪੱਕਾ ਸਿਕਾ ਲਾਤਾ ਜੀ। ਸਿਕਿਉਰ ਹੋ ਜਾ ਸਰ, ਕਿਸੇ ਦੀ ਕੋਈ ਗ੍ਰਿਫਤਾਰੀ ਸਰ? ਨਹੀਂ, ਰੇਡ ਕੀਤੀ ਹੈ ਘਰੋਂ ਭੱਜੇ ਹੋਏ ਸਰ। ਕੇ ਵਿਕਨ ਵਾਲੇ ਵਿੱਚ ਗੱਡੀਆਂ ਤੇ ਆਏ ਸੀ, ਗੋਲੀਆਂ ਚਲਾਈਆਂ ਗਈਆਂ ਤਾਂ ਸਰ ਕੋਈ ਕੋਈ ਨਹੀਂ ਅਜੇ ਨਹੀਂ ਮਿਲਿਆ। ਗੱਡੀ ਹਰਿਆਣਾ ਨੰਬਰ ਦੀ ਗੱਡੀ ਸੀ, ਟ੍ਰੇਸ ਹੋਈ ਹੈ, ਉਹ ਚੈੱਕ ਕਰਦੇ ਪਏ ਗੱਡੀ ਹੈ ਕੀ ਹੈ। ਮਾਸਟਰ ਕਲੋਨੀ ਸੋਨੀ ਮਾਨ ਗਾਇਕ ਜਿਨ੍ਹਾਂ ਵੱਲੋਂ ਕਿ ਇੱਕ ਗਾਣਾ ਬੋਲਿਆ ਗਿਆ ਹੈ, ਜਿਸ ਗਾਣੇ ਨੂੰ ਲੈ ਕੇ ਹੀ ਜਿਹੜਾ ਕਿ ਉਹਨਾਂ ਦੇ ਕੱਲ੍ਹ ਮੁਰਾਦਪੁਰਾ ਦੇ ਵਿੱਚ ਗੋਲੀਆਂ ਅੰਧਾ ਧੁੰਦ ਚਲੀਆਂ, ਬਾਲ ਬਾਲ ਉਹਨਾਂ ਦੀ ਜਾਨ ਜਿਹੜੀ ਬਚੀ, ਤਾਂ ਉਸ ਤੋਂ ਬਾਅਦ ਜਿਹੜਾ ਪੁਲਿਸ ਵੀ ਮੌਕੇ 'ਤੇ ਪਹੁੰਚੀ, ਪੁਲਿਸ ਵੱਲੋਂ ਜਿਹੜੀ ਆ ਉਹ ਕਾਰਵਾਈ ਕੀਤੀ ਗਈ ਸੀ। ਤਾਂ ਹੁਣ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪੁਲਿਸ ਵੱਲੋਂ ਐੱਫ ਆਈ ਆਰ ਜਿਹੜੀ ਆ ਉਹ ਦਰਜ ਕਰ ਦਿੱਤੀ ਗਈ ਹੈ। ਲੱਖਾ ਸਿਧਾਣਾ ਜਿਹੜੇ ਕਿ ਕਿਸਾਨੀ ਦੇ ਵਿੱਚ ਜੁੜੇ ਨੇ, ਕਿਸਾਨਾਂ ਦੇ ਨਾਲ ਰਹਿੰਦੇ ਨੇ, ਹਰ ਵਕਤ ਕਿਸਾਨਾਂ ਦੀ ਹੀ ਗੱਲ ਕਰਦੇ ਨੇ, ਉਹਨਾਂ ਦਾ ਨਾਮ ਆਇਆ ਤਾਂ ਲੱਖਾ ਸਿਧਾਣਾ ਦੇ ਉੱਪਰ ਜਿਹੜਾ ਵਾ ਐੱਫ ਆਈ ਆਰ ਦਰਜ ਪੁਲਿਸ ਕੀਤੀ ਗਈ ਪੁਲਿਸ ਵੱਲੋਂ ਕਿ ਚਾਰ ਬਾਈ ਨੇਮ ਨਾਮ ਜਿਹੜੇ ਦਿੱਤੇ ਗਏ ਨੇ, ਸਭ ਤੋਂ ਮੇਨ ਨਾਮ ਹੈ ਲੱਖਾ ਸਿਧਾਣਾ, ਲੱਖਾ ਸਿਧਾਣਾ ਦਾ ਨਾਮ ਆਇਆ ਹੈ, ਔਰ ਪੁਲਿਸ ਵੱਲੋਂ ਐੱਫ ਆਈ ਆਰ ਦਰਜ ਕਰ ਲਿੱਤੀ ਗਈ ਹੈ। ਸੋਨੀ ਮਾਨ ਔਰ ਰਣਵੀਰ ਬਾਟ ਜਿਹੜੇ ਕਿ ਤਰਨ ਤਾਰਨ ਦੇ ਐੱਸ ਐੱਸ ਪੀ ਦਫ਼ਤਰ ਪਹੁੰਚੇ, ਤਾਂ ਉਹਨਾਂ ਨਾਲ ਮੁਲਾਕਾਤ ਕੀਤੀ ਕਿ ਸਾਡੀ ਜਿਹੜੀ ਸੁਰੱਖਿਆ ਕੀਤੀ ਜਾਵੇ, ਉਸ ਨੂੰ ਲੈ ਕੇ ਪੁਲਿਸ ਵੱਲੋਂ ਉਹਨਾਂ ਦੇ ਘਰ ਬਾਹਰ ਜਿਹੜੀ ਪੁਲਿਸ ਲਗਾ ਦਿੱਤੀ ਗਈ ਹੈ, ਔਰ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਔਰ ਇਸ ਦੇ ਡੀ ਐੱਸ ਪੀ ਸਾਹਿਬ ਨੇ ਜੋ ਦੱਸਿਆ ਹੈ ਕਿ ਇਹ ਜਿਹੜੀ ਐੱਫ ਆਈ ਆਰ ਦਰਜ ਕੀਤੀ ਗਈ ਹੈ ਔਰ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ, ਔਰ ਜਲਦ ਤੋਂ ਜਲਦ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੀ ਫੜਿਆ ਜਾਵੇਗਾ। ਵੇਖਣ ਨੂੰ ਮਿਲਿਆ ਕਿ ਜੋ ਗੱਡੀ ਆਈ ਸੀ ਹਰਿਆਣੇ ਦਾ ਨੰਬਰ ਦੱਸਿਆ ਜਾ ਰਿਹਾ ਹੈ, ਉਸ ਵਿੱਚ ਹਰਿਆਣੇ ਦਾ ਨੰਬਰ ਗੱਡੀ ਸੀ, ਤਾਂ ਜੋ ਇਹ ਘਟਨਾ ਵਾਪਰੀ ਹੈ ਉਸ 'ਤੇ ਹੀ ਪੁਲਿਸ ਵੱਲੋਂ ਐੱਫ ਆਈ ਆਰ ਦਰਜ ਕਰ ਲਿੱਤੀ ਗਈ ਹੈ, ਔਰ ਉਹਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਕਿਸੇ ਤਰ੍ਹਾਂ ਦੀ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ, ਪੁਲਿਸ ਤੁਹਾਡੇ ਨਾਲ ਹੈ, ਪੂਰਾ ਤੁਹਾਡਾ ਖਿਆਲ ਜਿਹੜਾ ਰੱਖੇਗੀ। ਪਰ ਇਸ ਨੂੰ ਲੈ ਕੇ ਹੀ ਉਹਨਾਂ ਦੇ ਵਿੱਚ ਬੜਾ ਹੀ ਦਹਿਸ਼ਤ ਦਾ ਮਾਹੌਲ ਹੈ ਕਿ ਕਿਸੇ ਵਕਤ ਕੋਈ ਵੀ ਅਨਸੁਭਾਵਿਕ ਘਟਨਾ ਵਾਪਰ ਸਕਦੀ ਹੈ। ਸੋਨੀ ਮਾਂ ਰਣਵੀਰ ਬਾਟ ਵੱਲੋਂ ਦੱਸਿਆ ਗਿਆ ਕਿ ਅਗਰ ਸਾਡੇ ਨਾਲ ਕੋਈ ਕਿਸੇ ਤਰ੍ਹਾਂ ਦੀ ਅਣਹੋਣੀ ਹੁੰਦੀ ਹੈ, ਤਾਂ ਉਹਦਾ ਸਿੱਧਾ ਤਾਂ ਸਿੱਧਾ ਜ਼ਿੰਮੇਵਾਰ ਉਹਨਾਂ ਨੇ ਲੱਖਾ ਸਿਧਾਣਾ ਨੂੰ ਦੱਸਿਆ ਹੈ। ਵਿਜੇ ਕੁਮਾਰ, ਜਗਮਨੀ ਟੀਵੀ, ਤਰਨ ਤਾਰਨ। ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ।